ਉਹ ਜਗ੍ਹਾ ਜਿਹੜੀ ਆ ਸਪੇਸ ਭਰਨੀ ਸੀਗੀ ਜਿਹੜੀ ਕਿ ਖੜੋਤ ਆਈ ਸੀ ਉਹ ਖੜੋਤ ਨੂੰ ਤੋੜਿਆ ਬਾਈ ਨੇ ਸਾਡੇ ਪੰਜਾਬ ਦੇ ਹੱਕਾਂ ਦੇ ਸੰਘਰਸ਼ ਨੂੰ ਰੋਕਣ ਸੋ ਗੱਲ ਚਾਹੇ ਚੱਲ ਰਹੀ ਸੀ ਪਰ ਗੱਲ ਨੂੰ ਅੱਗੇ ਵਧਾਉਣਾ ਅਤੇ ਨਵੇਂ ਤਰੀਕੇ ਨਾਲ ਨੌਜਵਾਨ ਦਿਮਾਗਾਂ ਦੇ ਵਿੱਚ ਬਣਾਉਣਾ ਉਹ ਇਹਨਾਂ ਨੂੰ ਕਿਤੇ ਨਾ ਕਿਤੇ ਗੱਲ ਹਾਜ਼ਮ ਨਹੀਂ ਸੀ ਆ ਰਹੀ ਉਹ ਚਾਹੇ ਪਹਿਲਾਂ ਬਾਈ ਦੇ ਹੁੰਦਿਆਂ ਵਿਰੋਧ ਕਰਦੇ ਸੀ ਬਾਈ ਦੇ ਬਾਰੇ 'ਚ ਗਲਤ ਬੋਲਦੇ ਸੀ ਅਤੇ ਚਾਹੇ ਉਹ ਅੱਜ ਬਾਈ ਦੇ ਸਰੀਰ ਦੇ ਵਿੱਚ ਨਾ ਹੋਣ ਤੋਂ ਬਾਅਦ ਬੋਲਦੇ ਆ ਪਰ ਅਸੀਂ ਟੱਕਰਾਂਗੇ ਉਹ ਜੇਕਰ ਅਸੀਂ ਇਹਨਾਂ ਨੂੰ ਮਿਲੇ ਹਾਂ ਅਤੇ ਅੱਗੇ ਵੀ ਮਿਲਾਂਗੇ ਪਰ ਇਹਦੇ ਲਈ ਚੇਤਾਵਨੀ ਇਹ ਆ ਕਿ ਅੱਜ ਜਿਹੜਾ ਸੋਚ ਦਾ ਮਿਆਰ ਥੋੜ੍ਹਾ ਜਿਹਾ ਆਪਦਾ ਵੱਡਾ ਕਰੋ ਕਿ ਦੀਪ ਸਿੱਧੂ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਰਹਿ ਕੇ ਕੌਮ ਦੀ ਗੱਲ ਕਰ ਰਿਹਾ ਸੀ ਅਤੇ ਪੰਜਾਬ ਦੇ ਵਿੱਚ ਰਹਿ ਕੇ ਕਿਉਂਕਿ ਬੜੇ ਲੋਕ ਇਹ ਕਹਿੰਦੇ ਸੀਗੇ ਕਿ ਇਹ ਬੰਬੇ ਵਾਲਾ ਬੰਦਾ ਇਹ ਦਿੱਲੀ ਦਾ ਬੰਦਾ ਏਜੰਸੀਆਂ ਦਾ ਬੰਦਾ ਪਰ ਪੰਜਾਬ ਦੇ ਵਿੱਚ ਬੈਠਾ ਸੀ ਗਰਾਊਂਡ 'ਤੇ ਜ਼ਮੀਨ 'ਤੇ ਲੜਾਈ ਲੜ ਰਿਹਾ ਸੀ ਤੁਸੀਂ ਲੋਕ ਸਿਰਫ ਅਤੇ ਸਿਰਫ ਅਖਬਾਰਾਂ ਬਾਜੀ ਅਤੇ ਸੋਸ਼ਲ ਮੀਡੀਆ 'ਤੇ ਰਹਿ ਗਏ ਸੀਗੇ ਉਹ ਬੰਦਾ ਗਰਾਊਂਡ 'ਤੇ ਗੱਲ ਕਰ ਰਿਹਾ ਸੀ ਇਹ ਵੀ ਇਹਨਾਂ ਨੂੰ ਇਹ ਸੀ ਵੀ ਸਾਡੀ ਜਗ੍ਹਾ ਲਊਗਾ ਅਤੇ ਉਹ ਸਪੇਸ ਨੂੰ ਭਰੂਗਾ ਅਤੇ ਠੇਕੇਦਾਰੀ ਸਾਥੋਂ ਖਸ ਜੂਗੀ ਮਸਲਾ ਆਹ ਕਿ ਉਹਨੇ ਗੱਲ ਜੇ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਜੇ ਗੱਲ ਉਹਨੇ ਸ਼੍ਰੋਮਣੀ ਕਮੇਟੀ ਦੀ ਕੀਤੀ ਜੇ ਉਹਨੇ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਕਿਸਾਨੀ ਦੀ ਗੱਲ ਕੀਤੀ ਕਿਸੇ ਵੀ ਫਿਰਕੇ ਦੀ ਗੱਲ ਕਰੀਏ ਤਾਂ ਉੱਥੇ ਜਿਹੜੇ ਜਿਹੜੇ ਵੀ ਉੱਥੇ ਮੌਜੂਦ ਸੀਗੇ ਆਗੂ ਉਹਨਾਂ ਨੂੰ ਇਹ ਵਿਵਸਥਾ ਪੈਗੀ ਕਿ ਇਹ ਬੰਦਾ ਸਾਡੀ ਜਗ੍ਹਾ ਲੱਗਿਆ ਕਿ ਚਾਹੇ ਆਪਾਂ ਪੰਜਾਬ ਦੇ ਵਾਧੂ ਘਰਾਂ ਦੀ ਗੱਲ ਕਰੀਏ ਤਾਂ ਘੁਸਣ ਦਾ ਡਰ ਪੈ ਚੁੱਕਾ ਮਸਲਾ ਇਹੀ ਹੈ ਨਾ ਕਿ ਅੱਜ ਜੇ ਅੱਜ ਨੌਜਵਾਨੀ ਸੰਘਰਸ਼ ਅੱਜ ਵੀ ਕਰ ਰਹੀ ਹੈ ਤਾਂ ਪਹਿਲਾਂ ਵੀ ਕਰਦੀ ਸੀ ਪਰ ਬਾਈ ਦੀਪ ਨੇ ਸੋਚ ਦਾ ਮਿਆਰ ਅਤੇ ਬਾਈ ਦਾ ਲੈਵਲ ਬਹੁਤ ਉੱਚਾ ਸੀਗਾ ਬਾਈ ਨੇ ਦੁਨਿਆਵੀ ਪੜ੍ਹਾਈ ਦੇ ਵਿੱਚ ਪੂਰੀ ਟੌਪ ਦੀ ਪੜ੍ਹਾਈ ਕਰ ਲਈ ਉਹਨੇ ਜਿਵੇਂ ਕਿ ਭਾਰਤੀ ਸੰਵਿਧਾਨ ਨੂੰ ਉਹਨਾਂ ਨੇ ਚੰਗੀ ਤਰ੍ਹਾਂ ਬਚ ਲਿਆ ਅਤੇ ਇੱਕ ਉਹ ਵਕੀਲ ਸੀ ਅਤੇ ਵੱਡਾ ਉਹ ਚੁੱਟ ਦਾ ਵਕੀਲ ਵੀ ਸੀਗਾ ਅਤੇ ਉਹ ਇਹਨਾਂ ਨੂੰ ਇਹ ਲੱਗਦਾ ਸੀ ਵੀ ਬੰਦਾ ਗੱਲਬਾਤ ਦੇ ਵਿੱਚ ਗੱਲ ਕੱਟਣ ਨਹੀਂ ਦਿੰਦਾ ਜੇਕਰ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਸੀ ਤਾਂ ਗਵਰਨਰ ਹਾਊਸ ਜਾ ਕੇ ਉਸ ਸ਼ਖਸ ਨੇ ਜਿਹੜੀ ਹੈਗੀ ਉਹਨਾਂ ਨੂੰ ਲਾਜਵਾਬ ਕਰਤਾ ਸੋ ਮਸਲਾ ਇਹੀ ਆ ਵੀ ਇਹਨਾਂ ਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਸਾਡੇ ਇਹਨੇ ਬੈਠਿਆਂ ਨੇ ਸਾਨੂੰ ਕੁਰਸੀ ਕੱਢ ਲੈਣੀ ਹੈ ਅਤੇ ਕਿਵੇਂ ਨਾ ਕਿਵੇਂ ਇਹ ਬੰਦਾ ਜਿਹੜਾ ਹੈਗਾ ਜੇ ਤਾਂ ਅੱਜ ਜਿਉਂਦੇ ਦੀ ਗੱਲ ਸੀ ਤਾਂ ਇਹਨਾਂ ਨੇ ਅਸੀਂ ਵੀ ਇਹਨੂੰ ਟਾਰਗੇਟ ਕਰੋ ਟਾਰਗੇਟ ਹੋ ਗਿਆ ਅਤੇ ਟਾਰਗੇਟ ਇਸ ਤਰੀਕੇ ਨਾਲ ਹੋਵੇ ਉਹ ਸਥਾਪਨਾ ਨਾ ਸਕੇ ਕਿਉਂਕਿ ਉਹਦੀ ਮੌਤ ਜਿਹੜੀ ਆ ਉਹ ਅੱਜ ਦੋ ਚੁੱਤੀ ਜਾ ਅੱਧੇ ਲੋਕ ਕਹਿੰਦੇ ਆ ਜੀ ਐਕਸੀਡੈਂਟ ਹੋਇਆ ਅਤੇ ਅਸੀਂ ਕਹਿੰਦੇ ਹਾਂ ਉਹ ਕਰਵਾਇਆ ਗਿਆ ਇੱਥੇ ਇਹ ਫਰਕ ਪਾ ਦਿੱਤਾ ਗਿਆ ਵੀ ਸਥਾਪਿਤ ਨਾ ਹੋਵੇ ਪਰ ਇਹ ਕੌਮ ਨੇ ਸਥਾਪਿਤ ਕਰ ਦਿੱਤਾ ਕਿ ਦੀਪ ਜਿਉਂਦੇ ਜੀ ਮਰਨ ਮੰਗਦਾ ਸੂਰਿਆ ਹੱਕ ਹੈ ਜੋ ਹੋਏ ਮਰਨ ਪ੍ਰਵਾਨੋ ਉਹ ਉਹਦਾ ਹੱਕ ਸੀ ਅਤੇ ਉਹ ਪ੍ਰਵਾਨ ਹੋਇਆ ਕਿਉਂਕਿ ਉਹ ਗੁਰੂ ਨੂੰ ਪਹਿਲਾਂ ਪ੍ਰਵਾਨ ਸੀ ਗੁਰੂ ਦੇ ਬਚਨਾਂ 'ਤੇ ਚੱਲਦਾ ਸੀ ਅਤੇ ਗੁਰੂ ਦੇ ਪੰਥ ਦੀ ਗੱਲ ਕਰਦਾ ਸੀ ਪੰਜਾਬ ਦੀ ਗੱਲ ਕਰਦਾ ਸੀ ਜਿਹੜਾ ਇਨਸਾਨ ਜਿਉਂਦੇ ਜੀ ਪ੍ਰਵਾਨ ਨਹੀਂ ਉਹ ਮਰ ਕੇ ਵੀ ਪ੍ਰਵਾਨ ਨਹੀਂ ਹੋ ਸਕਦਾ ਸੋ ਦੀਪ ਨੇ ਅੰਤਲੇ ਸਮੇਂ ਦੇ ਵਿੱਚ ਜੋ 40 ਸਾਲ ਦੀ ਉਹਦੀ ਜ਼ਿੰਦਗੀ ਸੀਗੀ ਉਹਦੇ ਵਿੱਚ ਜੇ 1.5-2 ਸਾਲ ਉਹਨੇ ਪੰਜਾਬ ਦੇ ਕੌਮ ਦੇ ਹੱਕਾਂ ਦੀ ਗੱਲ ਕੀਤੀ ਆ ਅਤੇ ਇਸ ਕਰਕੇ ਉਹ ਪ੍ਰਵਾਨ ਸੀ ਹੈ ਅਤੇ ਰਹੂਗਾ।